ਸਾਡੀ ਪੁਰਜ਼ੋਰ ਮੰਗ ਹੈ ਕਿ ਪੰਜਾਬ ਸਮੇਤ ਦੇਸ਼ ਭਰ ਦੇ ਬਾਗਬਾਨੀ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇ। ਮੈਂ ਬੇਨਤੀ ਕਰਦਾ ਹਾਂ, ਕੁਦਰਤੀ ਆਫਤਾਂ ਕਾਰਨ ਬਾਗਬਾਨੀ ਦੇ ਨੁਕਸਾਨ ਦੀ ਸਥਿਤੀ ਦੀ ਵਿੱਚ ਉਹਨਾਂ ਨੂੰ ਆਮ ਫਸਲਾਂ ਵਾਂਗ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ। ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਵੱਧ ਤੋਂ ਵੱਧ ਸਬਸਿਡੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਤਾਂ ਜੋ ਕਿਸਾਨ ਬਾਗਬਾਨੀ ਵੱਲ ਮੁੜਨ ਅਤੇ ਆਪਣੇ ਫਸਲਾਂ ਦੇ ਮੰਡੀਕਰਨ ਦਾ ਪ੍ਰਬੰਧ ਕਰਨ। ਬਾਗਬਾਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕੀਤੇ ਜਾਣ। ਬਾਗਬਾਨੀ ਲਈ ਵਰਤੇ ਜਾਣ ਵਾਲੇ ਸੰਦ ਅਤੇ ਮਸ਼ੀਨਰੀ ਸਸਤੀ ਕੀਤੀ ਜਾਣੀ ਚਾਹੀਦੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਇਹਨਾਂ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਵਧਾਇਆ ਜਾਵੇ। ਧੰਨਵਾਦ ਜੀ। ਧੰਨਵਾਦ ਸੰਸਾਬ, ਬਹੁਤ ਵਧੀਆ ਵਧੀਆ ਮਾਮਲਾ ਚੁੱਕਦਾ। ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡਾ ਵਿਸ਼ਾ ਹੈ ਕੁਦਰਤੀ ਆਫਤਾਂ ਨਾਲ ਕਾਰਨ ਨੁਕਸਾਨੀਆਂ ਬਾਗਬਾਨੀ ਦੀਆਂ ਫਸਲਾਂ ਦੇ ਮੁਆਵਜ਼ੇ ਸੰਬੰਧੀ ਹੈ। ਚੇਅਰਮੈਨ ਸਾਹਿਬ, ਕੁਦਰਤੀ ਆਫਤਾਂ ਕਾਰਨ ਫਸਲਾਂ ਦੇ ਨੁਕਸਾਨ ਦੀ ਸਥਿਤੀ ਵਿੱਚ ਸਰਕਾਰ ਵੱਲੋਂ ਮੁਆਵਜ਼ਾ ਦਿੱਤਾ ਜਾਂਦਾ ਹੈ। ਇਹ ਕੁਦਰਤੀ ਆਫਤਾਂ ਹੜ੍ਹਾਂ ਅਤੇ ਸੋਕੇ ਦੇ ਰੂਪ ਵਿੱਚ ਅਕਸਰ ਵਾਪਰਦੀਆਂ ਹਨ, ਜਦੋਂ ਕਿ ਬਾਗਬਾਨੀ ਨੂੰ ਵੀ ਕੁਦਰਤੀ ਆਫਤਾਂ ਕਾਰਨ ਨੁਕਸਾਨ ਹੁੰਦਾ ਹੈ। ਉਹਨਾਂ ਲਈ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ। ਬਾਗਬਾਨੀ, ਜਿਸ ਨੂੰ ਖੇਤੀਬਾੜੀ ਦੇ ਇੱਕ ਵਿਕਲਪ ਰੂਪ ਵਜੋਂ ਵੀ ਦੇਖਿਆ ਜਾਂਦਾ ਹੈ, ਧਰਤੀ ਹੇਠਲੇ ਪਾਣੀ ਦੀ ਸੰਭਾਲ ਕਰਦਾ ਹੈ ਅਤੇ ਵਾਤਾਵਰਣ ਨੂੰ ਸਾਫ਼ ਸੁਥਰਾ ਰੱਖਣ ਵਿੱਚ ਮਦਦ ਕਰਦਾ ਹੈ। ਪੰਜਾਬ ਵਿੱਚ ਫਾਜ਼ਿਲਕਾ, ਅਬੋਹਰ, ਹੁਸ਼ਿਆਰਪੁਰ ਅਤੇ ਹੋਰ ਥਾਵਾਂ 'ਤੇ ਕਿੰਨੂ ਦੇ ਬਾਗ ਵੱਡੇ ਪੱਧਰ 'ਤੇ ਲਗਾਏ ਹੋਏ ਹਨ। ਕੁਦਰਤੀ ਕਰੋਪੀ ਦਾ ਸਿਕਾਰ ਹੋਣ ਤੋਂ ਬਾਅਦ ਬਹੁਤ ਸਾਰੇ ਬਾਗਬਾਨੀ ਕਿਸਾਨਾਂ ਨੇ ਇਸ ਤੋਂ ਤੋਬਾ ਕਰ ਦਿੱਤੀ ਹੈ ਕੀਤੀ ਹੈ ਅਤੇ ਆਪਣੇ ਹਰੇ ਭਰੇ ਬਾਗਾਂ ਨੂੰ ਪੁੱਟਣ ਲਈ ਮਜਬੂਰ ਹੋ ਗਏ ਹਨ। ਇਸ ਖੇਤਰ ਵਿੱਚ ਬਾਗਬਾਨੀ ਨਹਿਰੀ ਪਾਣੀ 'ਤੇ ਨਿਰਭਰ ਹੈ ਕਿਉਂਕਿ ਇਹਨਾਂ ਦਾ ਧਰਤੀ ਹੇਠਲਾ ਪਾਣੀ ਖਾਰਾ, ਇਸ ਨਾਲ ਬਾਗਾਂ ਨੂੰ ਵੀ ਨੁਕਸਾਨ ਹੁੰਦਾ ਹੈ। ਪਿਛਲੇ 2 ਸਾਲਾਂ 2021-22 ਦੇ ਅਤੇ 2022-23 ਦੌਰਾਨ ਬਠਿੰਡਾ, ਮੁਕਤਸਰ ਅਤੇ ਫਾਜ਼ਿਲਕਾ ਵਿੱਚ ਲਗਭਗ 40,000 ਕਿਸਾਨਾਂ ਨੇ ਜਲਵਾਯੂ ਤਬਦੀਲੀ ਕਾਰਨ ਆਪਣੇ ਬਾਗਾਂ ਨੂੰ ਉਖਾੜ ਦਿੱਤਾ ਹੈ। ਚੇਅਰਮੈਨ ਸਾਹਿਬ, ਜਲਵਾਯੂ ਪਰਿਵਰਤਨ ਦਾ ਬਾਗਬਾਨੀ 'ਤੇ ਵੀ ਬਹੁਤ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਲਈ ਸਾਡੀ ਪੁਰਜ਼ੋਰ ਮੰਗ ਹੈ ਕਿ ਪੰਜਾਬ ਸਮੇਤ ਦੇਸ਼ ਭਰ ਦੇ ਬਾਗਬਾਨੀ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇ। ਸੋ ਚੇਅਰਮੈਨ ਸਾਹਿਬ, ਮੈਂ ਬੇਨਤੀ ਕਰਦਾ ਹਾਂ, ਕੁਦਰਤੀ ਆਫਤਾਂ ਕਾਰਨ ਬਾਗਬਾਨੀ ਦੇ ਨੁਕਸਾਨ ਦੀ ਸਥਿਤੀ ਦੀ ਵਿੱਚ ਉਹਨਾਂ ਨੂੰ ਆਮ ਫਸਲਾਂ ਵਾਂਗ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ। ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਵੱਧ ਤੋਂ ਵੱਧ ਸਬਸਿਡੀਆਂ ਦਿੱਤੀਆਂ ਜਾਣੀਆਂ ਚਾਹੀਦੀਆਂ ਤਾਂ ਜੋ ਕਿਸਾਨ ਬਾਗਬਾਨੀ ਵੱਲ ਮੁੜਨ ਅਤੇ ਆਪਣੇ ਫਸਲਾਂ ਦੇ ਮੰਡੀਕਰਨ ਦਾ ਪ੍ਰਬੰਧ ਕਰਨ। ਬਾਗਬਾਨ ਕਿਸਾਨਾਂ ਅਤੇ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕੀਤੇ ਜਾਣ। ਬਾਗਬਾਨੀ ਲਈ ਵਰਤੇ ਜਾਣ ਵਾਲੇ ਸੰਦ ਅਤੇ ਮਸ਼ੀਨਰੀ ਸਸਤੀ ਕੀਤੀ ਜਾਣੀ ਚਾਹੀਦੀ ਹੈ ਅਤੇ ਕੇਂਦਰ ਸਰਕਾਰ ਵੱਲੋਂ ਇਹਨਾਂ 'ਤੇ ਦਿੱਤੀ ਜਾਣ ਵਾਲੀ ਸਬਸਿਡੀ ਨੂੰ ਵਧਾਇਆ ਜਾਵੇ। ਧੰਨਵਾਦ ਜੀ। ਧੰਨਵਾਦ ਸੰਸਾਬ, ਬਹੁਤ ਵਧੀਆ ਵਧੀਆ ਮਾਮਲਾ ਚੁੱਕਦਾ। ਤੁਹਾਨੂੰ ਨਾਮ ਮਿਸਟਰ ਰਾਘੋ ਚੱਡਾ, ਅਲੀਵਰ ਮਿਸਡ ਇਟ, ਬਟ ਫਰੋਮ ਫਿਊਚਰ ਆਨਵਰਡਸ ਯੂ ਸ਼ੁੱਡ ਬੀ ਇਨ ਦਾ ਹਾਊਸ। ਥੈਂਕ ਯੂ ਸਰ ਫੋਰ ਪਰਮਿਟਿੰਗ ਮੀ ਟੂ ਰੇਜ਼ ਐਨ ਇੰਪੋਰਟੈਂਟ ਮੈਟਰ ਅੰਡਰ ਦਾ ਸਪੈਸ਼ਲ ਮੈਂਸ਼ਨ। ਮਾਈ ਸਬਜੈਕਟ ਇਜ਼ ਡਿਮਾਂਡ ਫੋਰ ਸਟਰਕਚਰਲ ਆਡਿਟ ਇਨ ਦਾ ਕੰਟਰੀ। ਸਰ, ਮੈਂ ਇਸ ਸਦਨ ਕਾ ਧਿਆਨ ਇੱਕ ਅਤਿਅੰਤ ਮਹੱਤਵਪੂਰਨ ਵਿਸ਼ੇ ਕੀ ਓਰ ਆਕਰਸ਼ਿਤ ਕਰਨਾ ਚਾਹਤਾ ਹੂੰ, ਜੋ ਹਮਾਰੇ ਪਬਲਿਕ ਟ੍ਰਾਂਸਪੋਰਟ ਸਾਈਟਸ
और महत्वपूर्ण इंफ्रास्ट्रक्चर जैसे कि ब्रिजेस, एयरपोर्ट्स और रेलवे स्टेशंस के स्ट्रक्चरल ऑडिट के संदर्भ में है। सर, अभी कुछ दिन पहले हमने देश के विभिन्न भागों में इंफ्रास्ट्रक्चर को कोलैप्स होते देखा। बिहार में न जाने कितने पुल गिर गए, दिल्ली एयरपोर्ट का टर्मिनल 1 जिसकी छत भारी बारिश के कारण गिर गई जिससे एक व्यक्ति की मृत्यु भी हुई और 6 लोग चोटिल हुए, घायल हुए। देश के विभिन्न राज्यों से कई हृदय विदारक घटनाएं हमने देखी, चाहे वो मुंबई में बिलबोर्ड गिरने से लोगों की मृत्यु हो या गुजरात के मोरबी ब्रिज गिरने से लोगों की मौत। एनसीआरबी के अनुसार भारत में 2018 से 2022 के बीच 8,756 मृत्यु रिपोर्ट हुई हैं ड्यू टू कोलैप्स ऑफ स्ट्रक्चर्स। इन सभी का निर्माण आम आदमी के मेहनत के पैसे और टैक्स से हुआ है और ये घटनाएं सरकारी कार्यों की गुणवत्ता पर एक बहुत बड़ा प्रश्न चिन्ह खड़ा करती हैं। आम जनता अपनी सुरक्षा को लेकर चिंतित है। ये हमारा कर्तव्य है कि हम अपने नागरिकों को सुरक्षित सेवाएं प्रदान करें। इन स्थलों की क्वालिटी और सेफ्टी सुनिश्चित करना अत्यंत आवश्यक है ताकि किसी भी प्रकार की दुर्घटना से बचा जा सके और जनता की सुरक्षा को प्राथमिकता दी जा सके। सर, मेरी सरकार से मांग है कि सभी सार्वजनिक परिवहन स्थलों का नियमित रूप से ऑडिट किया जाए। इस ऑडिट में विशेषज्ञों की एक टीम द्वारा विस्तृत निरीक्षण, माप और मूल्यांकन शामिल होना चाहिए ताकि किसी भी संभावित जोखिम का समय पर पता लग जाए और उसे ठीक से निपटा जा सके। इसके अलावा ऑडिट के आधार पर आवश्यक रिपेयर और सुधार कार्य तुरंत कराए जाएं। बहुत बहुत शुक्रिया। तो देश भर में जितने स्ट्रक्चर हैं सबका ऑडिट कराया जाए, करें इंफ्रास्ट्रक्चर जहां पे पब्लिक ट्रांसपोर्ट साइट्स, खास तौर पे अभी दिल्ली में आपने देखा जो वारदात हुआ, कितनी दुर्भाग्यपूर्ण घटना थी, तो इन सबका रेगुलर स्ट्रक्चरल ऑडिट एक नियमित तरीके से होना चाहिए, ये मांग करिए सर।